ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਰਿਗਰਡਿੰਗ ਸਟੱਡੀ ਵੀਜ਼ਾ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਕਿਹੜੀ ਕੰਟਰੀ ਤੁਹਾਨੂੰ ਸਿਲੈਕਟ ਕਰਨੀ ਚਾਹੀਦੀ ਹੈ ਕਿਹੜਾ ਕੋਰਸ ਤੁਹਾਨੂੰ ਸਿਲੈਕਟ ਕਰਨਾ ਚਾਹੀਦਾ ਤੇ ਹੋਰ ਵੀ ਕਿਹੜੀ ਲੇਟੈਸਟ ਜਾਣਕਾਰੀ ਕਿਹੜੇ ਅਪਡੇਟਸ ਨੇ ਉਹ ਹਰ ਇੱਕ ਜਾਣਕਾਰੀ ਇਸ ਪ੍ਰੋਗਰਾਮ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ ਤੁਸੀਂ ਵੀ ਬੜੇ ਪਿਆਰ ਨਾਲ ਇਹ ਸ਼ੋ ਵੇਖਦੇ ਹੋ ਤੁਹਾਡਾ ਸਾਰਾ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਕੈਨੇਡਾ ਬਾਰੇ ਯੂ ਐਸ ਬਾਰੇ ਤੇ ਯੂ ਕੇ ਬ ਡਿਸਪਲੇ ਹੋ ਰਿਹਾ ਹੈ ਜਿਸਪਰ ਕਾਲ ਕਰਕੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ ਤੇ ਅੱਜ ਦੀ ਸਾਡੀ ਡਿਸਕਸ਼ਨ ਦੇ ਲਈ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਨੈਵੀਗੇਟਰਸ ਓਵਰਸੀਜ਼ ਜੋ ਕਿ 25 ਸਾਲ ਪੁਰਾਣੀ ਕੰਪਨੀ ਹੈ ਖਾਸ ਤੌਰ ਤੇ ਅਸੀਂ ਵੀਨਾ ਗੋਲ ਮੈਡਮ ਜੀ ਨੂੰ ਬੁਲਾਇਆ ਹੈ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਤੇ ਹੋਰ ਵੀ ਕੋਈ ਲੇਟੈਸਟ ਅਪਡੇਟਸ ਨੇ ਤੁਹਾਡੇ ਤੱਕ ਪਹੁੰਚਾਏ ਜਾ ਸਕਣ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਮੇਰੀ ਤਰਫੋਂ ਜੀ ਮੈਮ ਜਿਵੇਂ ਆਪਾ ਵੇਖ ਰਿਹਾ ਕਿ ਪਹਿਲਾਂ ਥੋੜਾ ਲੱਗਦਾ ਸੀ ਕਿ ਸ਼ਾਇਦ ਅਗਸਟ ਐਂਡ ਤੱਕ ਜੋ ਹੈ ਫਲਾਈਟ ਅਪਡੇਟ ਆ ਗਿਆ ਕਿ 21 ਸਤੰਬਰ ਤੱਕ ਜੋ ਹੈ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਕਿਤੇ ਸਟੂਡੈਂਟਸ ਦੇ ਮਨ ਵਿੱਚ ਇਹ ਨਹੀਂ ਆ ਰਿਹਾ ਕਿ ਭਈ ਫਲਾਈਟਸ ਹਾਲੇ ਹੋ ਨਹੀਂ ਪਾਰੀਆਂ ਨੇ ਤਾਂ ਸਾਨੂੰ ਇੱਥੇ ਫਾਈਲ ਲਗਾਣੀ ਚਾਹੀਦੀ ਹੈ ਕਿ ਨਹੀਂ ਕੈਨੇਡਾ ਬਾਰੇ ਦੇਖੋ ਕੈਨੇਡਾ ਇੱਕ adda ਦਾ ਕੰਟਰੀ ਹੈ ਜਿਹੜਾ ਸਟੂਡੈਂਟ ਦਾ ਫਰਸਟ ਪ੍ਰਿਫਰਡ ਕੰਟਰੀ ਹੈ ਠੀਕ ਹੈ ਫਲਾਈਟਸ ਜਿਹੜੀ ਹਜੇ ਇਹਨਾਂ ਨੇ ਜਾਂ ਕਿੱਥੋਂ ਹੈ ਤੇ ਵਾਇਆ ਮੈਕਸੀਕੋ ਜਾਂ ਵਾਇਆ ਅਦਰ ਕੰਟਰੀ ਸਟੂਡੈਂਟਸ ਜਾ ਹੀ ਰਹੇ ਹਨ ਉਹ ਥੋੜਾ ਜਿਹਾ ਇਹ ਹੈ ਕਿ ਸਟੂਡੈਂਟਸ ਨੂੰ ਕੋਸਟਲੀ ਪੈ ਰਿਹਾ ਹੈ ਨੋ ਡਾਊਟ ਲੈਕਿਨ ਹੁਣ ਜਨਵਰੀ ਵਾਸਤੇ ਜਿਹੜਾ ਸੈਪਟੈਂਬਰ ਦੇ ਤੇ ਜਿਹੜੇ ਵੀਜ਼ੇ ਹੋਣੇ ਸੀ ਹੋ ਗਏ ਹੂੰ ਜਿਹੜਾ ਤੁਹਾਡਾ ਸੈਪਟੈਂਬਰ ਸੌਰੀ ਜਨਵਰੀ ਵਾਸਤੇ ਆ ਜੀ ਜੀ ਤੇ ਜਨਵਰੀ ਵਾਸਤੇ ਜਿਹੜੇ ਵੀ ਬੱਚੇ ਹੁਣ ਜਾਣਗੇ ਮੇਰੇ ਖਿਆਲ ਜਦ ਤੱਕ ਤੇ 21 ਸਤੰਬਰ ਤੱਕ ਕੀਤਾ ਹੈ ਤੱਕ ਅਕਤੂਬਰ ਨਵੰਬਰ ਡਿਸੰਬਰ ਹਜੇ ਬਹੁਤ ਟਾਈਮ ਪੇ ਹੈ ਔਰ ਕਾਫੀ ਕੁਝ ਨਾਰਮਲ ਹੋਣ ਦੀ ਉਮੀਦ ਹੈ ਕਿਉਂਕਿ ਕਾਫੀ ਸਾਰੀ ਪੋਪੂਲੇਸ਼ਨ ਜਿਹੜੀ ਵੈਕਸੀਨੇਟਡ ਹੋ ਗਈ ਹੈ ਕੱਲ ਮੈਂ ਇੰਡੀਆ ਦੀ ਐਪ ਤੇ ਹੀ ਦੇਖ ਰਹੀ ਸੀ ਕਿ ਕੋਈ 50 ਕਰੋੜ ਦੇ ਇਹਨਾਂ ਨੇ ਵੈਕਸੀਨੇਸ਼ਨ ਕਰ ਲਈ ਹੈ ਜਦਕਿ ਇੰਡੀਆ ਐਡਾ ਵੱਡਾ ਕੰਟਰੀ ਆ ਜੀ ਜ ਉੱਪਰ ਪopulation ਹੈ ਤੇ ਮੇਰੇ ਖਿਆਲ ਅਗਲੇ 2-3 ਮਹੀਨੇ ਚੰਡੀਆ ਦਾ ਵੀ ਟਾਰਗੇਟ ਹੈ ਤੇ ਇਦਾਂ ਹੀ ਉਹਨਾਂ ਦਾ ਵੀ ਟਾਰਗੇਟ ਹੁਣ ਬਹੁਤ ਫਾਸਟਲੀ ਹਰ ਕੰਟਰੀ ਜਿਹੜੀ ਵੈਕਸੀਨੇਸ਼ਨ ਕਰ ਰਹੀ ਆ ਵੈਕਸੀਨੇਸ਼ਨ ਜਿੱਦਾਂ ਹੀ ਇਹਨਾਂ ਦੀ ਆਲਮੋਸਟ ਹੋ ਜਾਂਦੀ ਆ ਤੇ ਇਹਨਾਂ ਨੇ ਸਾਰਿਆਂ ਨੇ ਆਪਣੇ ਬਾਰਡਰਸ ਖੋਲ ਦੇਨੇ ਕਿਉਂਕਿ ਇਕਨੋਮਿਕਲੀ ਸਾਰੇ ਬਹੁਤ ਡਾਊਨ ਜਾ ਰਹੇ ਆ ਇਹ ਮੰਨ ਕੇ ਚੱਲੋ ਕਿ ਜਦ ਤੱਕ ਲੌਕਡਾਊਨ ਕਰਦੇ ਆ ਜਾਂ ਫਲਾਈਟ ਸਸਪੈਂਡ ਕਰਦੇ ਆ ਤਾਂ ਇਕਨੋਮਿਕਲੀ ਹਰ ਕੰਟਰੀ ਬਹੁਤ ਪਿੱਛੇ ਜਾ ਰਹੀ ਤੇ ਇੰਨਾ ਕੋਈ ਵੀ ਕੰਟਰੀ ਅਫੋਰਡ ਨਹੀਂ ਕਰ ਸਕਦੀ ਆ ਲੰਬਾ ਬਿਲਕੁਲ 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 ਸਹੀ ਗੱਲ ਹੈ ਤੇ ਇਸੇ ਲਈ ਜਿਹੜੇ ਵੀ ਸਟੂਡੈਂਟਸ ਖਾਸ ਤੌਰ ਤੇ ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਪਲੱਸ 2 ਤੋਂ ਬਾਅਦ ਜੋ ਹੁਣ ਰਿਜ਼ਲਟ ਆ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਅਗਰ ਸੋਚ ਰਹੇ ਨੇ ਕੈਨੇਡਾ ਲਈ ਤਾਂ ਬਿਲਕੁਲ ਸਹੀ ਟਾਈਮ ਹੈ ਤੁਹਾਡੇ ਲਈ ਕਿਉਂਕਿ ਡਾਕੂਮੈਂਟੇਸ਼ਨ ਉਹ ਵੀ ਟਾਈਮ ਲੱਗਦਾ ਹੈ ਜਦ ਤੱਕ ਜੋ ਹੈ ਫਲਾਈਟਸ ਵੀ ਓਪਨ ਹੋ ਜਾਣੀ ਹੈ ਸਭ ਕੁਝ ਨਾਰਮਲ ਜ਼ਰੂਰ ਹੋ ਰਿਹਾ ਹੈ ਜ ਕਿਨੇ ਪਲੱਸ 2 ਦੇ ਸਟੂਡੈਂਟਸ ਨੇ ਪ੍ਰੋਫਾਈਲ ਚੰਗੀਆਂ ਨੇ ਹਨਾ ਉਹਨਾਂ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਪਿੱਛੇ ਅਗਰ ਆਪਾਂ ਥੋੜਾ ਦੇਖੀਏ ਰਿਫਿਊਜ਼ਲ ਜਦੋਂ ਢੇਰ ਸਾਰੇ ਰਿਫਿਊਜ਼ਲ ਆਏ ਨੇ ਕੈਨੇਡਾ ਤੋਂ ਚੰਗੀਆਂ ਪ੍ਰੋਫਾਈਲਜ਼ ਦੇ ਉੱਪਰ ਵੀ ਰਿਫਿਊਜ਼ਲ ਆ ਗਏ ਕਿਹੜੇ ਕਿਹੜੇ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਾਂ ਸਟੂਡੈਂਟਸ ਦੇਖੋ ਮੈਂ ਇਸ ਚੀਜ਼ ਤੇ ਅੱਜ ਬਲਕਿ ਗੱਲ ਵੀ ਕਰਨਾ ਚਾਹ ਰਹੀ ਸੀਗੀ ਜੀ ਇਹ ਚੰਗਾ ਹੋਇਆ ਤੁਸੀਂ ਇਹ ਕੁਐਸਚਨ ਪੁੱਛ ਲਿਆ ਔਰ ਮੇਰਾ ਜਿਹੜਾ ਇਸ ਕੁਐਸਚਨ ਨੂੰ ਲੈ ਕੇ ਮਤਲਬ ਜ਼ਿਆਦਾ ਇੰਟਰਸਟ ਬੰਦਾ ਹੈ ਜੀ ਜੀ ਰੀਜ਼ਨ ਬੀ ਕਿ ਮੈਂ ਬਸ ਜਿੱਦਾਂ ਵੀ ਹੈ ਫਾਈਲ ਲਗਾ ਲਾਂ ਆ ਜਿਹੜਾ ਸਾਡਾ 25 ਸਾਲ ਦਾ ਤਜਰਬਾ ਹੈ ਇਸ ਫੀਲਡ 'ਚ ਇੰਨਾ ਕਰ ਮਤਲਬ ਹੰਢ ਗਏ ਆ ਕਿ ਸਾਨੂੰ ਪਤਾ ਕਿ ਕੱਲੀ-ਕੱਲੀ ਚੀਜ਼ ਕਿੱਦਾਂ-ਕਿੱਦਾਂ ਦੇਖਣੀ ਆ ਜੇ ਤੁਸੀਂ ਕੋਈ ਸਾਲ 2 ਸਾਲ ਪੁਰਾਣਾ ਐਕਸਪੀਰੀਅੰਸ ਨੂੰ ਜਾਂ ਨਵਾਂ ਖੋਲਿਆ ਜਾਂ ਜਿਨ੍ਹਾਂ ਦਾ ਮਤਲਬ ਬੜਾ ਤਜਰਬਾ ਨਹੀਂ ਹੈ ਇੱਕ ਤੇ ਫਾਈਲ ਉੱਥੇ ਕਦੀ ਨਾ ਦੋ ਜੀ ਜੀ ਤੁਹਾਨੂੰ ਜੇ ਆਣਾ ਪੈ ਗਿਆ ਚੰਡੀਗੜ੍ਹ ਸਾਡਾ ਬਟਾਲਾ ਵੀ ਆਫਿਸ ਹੈ ਸਾਡਾ ਪਠਾਨਕੋਟ ਵੀ ਹੈ ਜੇ ਆਣਾ ਵੀ ਪੈ ਗਿਆ ਚੰਡੀਗੜ੍ਹ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਫਲਾਈਟ ਲੈ ਕੇ ਇੰਨੀ ਦੂਰ ਕੈਨੇਡਾ ਜਾਣਾ ਹੈ ਯੂ ਐਸ ਏ ਜਾਣਾ ਹੈ ਯੂ ਕੇ ਜਾਣਾ ਹੈ ਕਿ ਤੁਸੀਂ 3-4 ਘੰਟੇ 5-10 ਘੰਟੇ ਦਾ ਸਫ਼ਰ ਕਰਕੇ ਚੰਡੀਗੜ੍ਹ ਨਹੀਂ ਆ ਸਕਦੇ ਕਿਉਂਕਿ ਤੁਹਾਡੇ ਆਪਣੀ ਪ੍ਰੋਫਾਈਲ ਹੈ ਜੋ ਉਸ ਪ੍ਰੋਫਾਈਲ ਤੇ ਤੁਸੀਂ ਨਹੀਂ ਕੰਮ ਕਰੋਗੇ ਤੇ ਏਜੰਟ ਜਿਹੜਾ ਹੈ ਜਾਂ ਕੰਸਲਟੈਂਟ ਜਿਹੜਾ ਹੈ ਉਹ ਕਦੀ ਵੀ ਨਹੀਂ ਤੁਹਾਡੇ ਨਾਲ ਜਸਟੀਫਾਈ ਕਰ ਸਕਦਾ ਬਿਲਕੁਲ ਫਸਟ ਯੂ ਆਰ देयर ਤੁਸੀਂ ਆਪਦੀ ਪ੍ਰੋਫਾਈਲ ਨੂੰ ਸਮਝੋ ਮੇਰੇ ਨਾਲ ਆਪਾਂ ਫੋਨ ਕਾਲ ਲੈ ਕਾਲਰ ਜੁੜ ਗਏ ਨੇ ਹੈਲੋ 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 ਮੈਨ ਲੱਗ ਰਿਹਾ ਹੈ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ پا ਰਹੀ ਹੈ ਹੈਲੋ

ਇਦਾਂ ਇਹਨਾਂ ਦਾ ਜਿਹੜਾ ਆਨਸਰ ਇਹ ਹੈ ਕਿ ਆਇਲਸ ਇਹਨਾਂ ਨੂੰ ਨੇਚਰਲ ਹੈ ਦੁਬਾਰਾ ਕਰਨੀ ਪਵੇਗੀ ਕੈਨੇਡਾ ਜਾਣ ਵਾਸਤੇ ਮਾਸਟਰਸ ਪ੍ਰੋਗਰਾਮ ਵਾਸਤੇ ਜਾਂ ਪੀਜੀ ਡਿਪਲੋਮਾ ਵਾਸਤੇ ਜਿਹੜੀ ਆਇਲਸ ਹੈ ਉਹ 6.5 ਨਾਟ ਲੈਸ ਦਨ 6 ਬੈਂਡ ਦੀ ਰਿਕੁਆਇਰਮੈਂਟ ਹੈ ਜੀ ਹੁਣ ਇਹਨਾਂ ਨੇ ਡਿਸਟੈਂਸ ਐਜੂਕੇਸ਼ਨ ਤੋਂ ਕੀਤੀ ਹੋਈ ਹੈ that mm -hmm. means ਫੁੱਲ ਫਲੇਜ ਐਮਬੀਏ ਨਹੀਂ ਕੀਤੀ ਹੋਈ ਤੇ ਕੋਈ ਵੀ ਵਧੀਆ ਜਾਂ ਰਿਲੇਟਿਡ ਇਹਨਾਂ ਨੂੰ ਪੀਜੀ ਡਿਪਲੋਮਾ ਜਾਂ MBA ਦੁਆਰਾ ਨਾ ਕਰਨ MBA ਸਮਝੋ স্পੈਸ਼ਲਾਈਜੇਸ਼ਨ ਲੈ ਲੈਂ ਮਾਸਟਰਸ ফাইনান্স HR ਜੋ ਵੀ ਇਹਨਾਂ ਨੇ ਪਹਿਲੇ ਕੀਤਾ ਉਸ ਤੋਂ अलग-अलग आने जी जी फिर जाके इनहाडे प्रोफाइल तो जस्टिफाई जस्टिफिकेशन हुंदी है बट एसओपी या लेटर ऑफ इंटेंशन बहुत स्ट्रांग बनेगी हुँ. कि ਤੁਸੀਂ ਇੱਕ ਵੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਐਮਬੀਏ ਕੀਤਾ ਹੈ ਚਾਹੇ ਉਹ ਡਿਸਟੈਂਸ ਤੋਂ ਕੀਤਾ ਹੈ ਤਾਂ ਤੁਸੀਂ ਫੁੱਲ ਫਲੇਸ ਕਰਨਾ ਚਾਹ ਰਹੇ ਹੋ ਉਹਦਾ ਕੀ ਰੀਜ਼ਨ ਹੈ ਇਹ ਜੇ ਇਹਨਾਂ ਦਾ ਇੰਟੈਂਸ਼ਨ ਬੜਾ ਕਲੀਅਰ ਹੋਏਗਾ ਤਾਂ ਵੀਜ਼ੇ ਚ ਕੋਈ ਪ੍ਰੋਬਲਮ ਨਹੀਂ ਆਏਗੀ ਹਮਮ ਬਿਲਕੁਲ ਬਾਕੀ ਕਿਉਂਕਿ ਇਹ ਵੀ ਦੇਖਿਆ ਜਾਂਦਾ ਹੈ ਕਿ ਜੋ ਇੱਕ ਕਿਸੇ ਵੀ ਪ੍ਰੋਫਾਈਲ ਦੀ ਆਪਾਂ ਫਾਈਲਿੰਗ ਕਰਦੇ ਆ ਤਾਂ ਮੇਨ ਚੀਜ਼ ਆ ਜਾਂਦੀ ਹੈ ਐਸਓਪੀ ਜਿਸ ਉਹ ਐਸਓਪੀ ਦੇ ਨਾਲ ਨਾ ਇਹ ਸਮਝ ਲਓ ਕਿ ਐਸਓਪੀ ਤੇ ਹੈ ਹੀ ਹੈ ਕਿਉਂਕਿ ਇਹਦੇ ਵਿੱਚ ਕੈਨੇਡਾ ਦੇ ਵਿੱਚ ਇੰਟਰਵਿਊ ਨਹੀਂ ਹੋ ਰਿਹਾ ਹੁਣ ਇੰਟਰਵਿਊ ਨਹੀਂ ਹੋ ਰਿਹਾ ਤੁਸੀਂ ਆਪਣੇ ਗੱਲ ਜਿਹੜੀ ਵੀਜ਼ਾ ਅਫੀਸਰ ਨੂੰ ਦੱਸ ਰਹੇ ਹੋ ਜਾਂ ਤੇ ਤੁਸੀਂ ਸਾਹਮਣੇ ਹੋ ਫੇਰ ਦੱਸ ਰਹੇ ਹੋ ਕਿ ਉਹ ਤੁਹਾਨੂੰ ਚਾਰ ਕੁਐਸਚਨ ਪੁੱਛ ਸਕਦਾ ਹੈ ਜੇ ਉਹ ਤੁਹਾਡੇ ਸਾਹਮਣੇ ਨਹੀਂ ਹੈ ਤਾਂ ਤੁਸੀਂ ਆਪਣੀ ਗੱਲ ਕਿੱਦਾਂ ਪਹੁੰਚਾਓਗੇ ਉਹ ਵੀ ਬਹੁਤ ਇਫੈਕਟਿਵ ਵੇ ਨਾਲ ਕਿ ਤੁਹਾਡੇ ਗੱਲ ਤੋਂ ਸੈਟੀਸਫਾਈ ਹੋ ਜਾਏ ਔਰ ਤੁਹਾਨੂੰ ਵੀਜ਼ਾ ਦੇ ਦੇ ਉਹਦੇ ਵਾਸਤੇ ਸਾਡਾ ਤਜਰਬਾ ਕੰਮ ਆਉਂਦਾ ਤੁਸੀਂ ਸਾਡੇ ਨਾਲ ਬੈਠਦੇ ਹੋ ਸਾਨੂੰ ਗੱਲਾਂ ਦੱਸਦੇ ਹੋ ਤੁਹਾਡੇ ਬਾਰੇ ਤੁਸੀਂ ਡਰਾਫਟ ਕਰਦੇ ਹੋ ਅਸੀਂ ਉਹਨੂੰ ਪ੍ਰੋਪਰ ਇੱਕ ਜਿੰਨੂੰ ਕਹਿੰਦੇ ਆ ਕਿ ਉਸ ਚੀਜ਼ ਨੂੰ ਪਾਲਿਸ਼ ਕਰਦੇ ਆ ਫਿਰ ਜਾ ਕੇ ਤੁਹਾਡੀ ਗੱਲ ਬਣਦੀ ਹੈ ਤੁਹਾਡਾ ਗੈਪ ਹੈ ਉਸ ਗੈਪ ਨੂੰ ਜਸਟੀਫਿਕੇਸ਼ਨ ਕਰਨਾ ਹੈ ਮੰਨ ਲਓ ਆਰਚਟੈਕਚਰ ਸਾਡੇ 5 ਬੈਂਡ ਆਏ ਤੇ ਕਿਉਂ ਆਏ ਆ ਜਾਣਾ ਤੁਸੀਂ ਚਾਹੁੰਦੇ ਹੋ ਕੈਨੇਡਾ ਤੇ ਇਹ ਸਾਰੀ ਚੀਜ਼ਾਂ ਫਿਰ ਜਾ ਕੇ ਤੁਸੀਂ ਜਿਹੜਾ ਆਪਣਾ ਵੀਜ਼ਾ ਦੇ ਵਾਸਤੇ ਜਸਟੀਫਿਕੇਸ਼ਨ ਕਰ ਸਕਦੇ ਹੋ ਇਹਦੇ ਬਾਅਦ ਮੇਰੇ ਖਿਆਲ ਆਪਾਂ ਗੱਲ ਕਰ ਰਹੇ ਸੀ ਕੀ ਹਨਾ ਰਿਜੈਕਸ਼ਨ ਦੇ ਹਾਂਜੀ 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 ਤੇ ਰਿਜੈਕਸ਼ਨ ਕਿਉਂ ਆਂਦੇ ਆ ਤੁਹਾਡਾ ਕੋਰਸ ਜਿਹੜਾ ਉਹ ਉਹਦੇ ਨਾਲ ਪ੍ਰੀਵੀਅਸ ਸਟੱਡੀਜ਼ ਦੇ ਨਾਲ ਰਿਲੇਟਡ ਨਹੀਂ ਹੈ ਤੁਹਾਡੇ ਆਇਲਸ ਬੈਂਡ ਠੀਕ ਨਹੀਂ ਆ ਦੋ ਚ 5.5 ਹੈ ਦੋ ਚ ਮਤਲਬ ਓਵਰਆਲ 6 ਆ ਗਿਆ ਦੋ ਚ 5.5 ਬੈਂਡ ਆ ਗਏ ਉਹ ਰਿਜੈਕਸ਼ਨ ਦਾ ਕਾਫੀ ਰੀਜ਼ਨ ਹੁੰਦਾ ਆ ਵੀ ਜਾਂਦਾ ਵੀਜ਼ਾ ਇਹ ਨਹੀਂ ਮੈਂ ਕਹਿੰਦੀ ਮੇਰੇ ਆਪਣੇ ਵੀਜ਼ਾ ਜਿਹੜਾ ਹੈ 30 ਤੋਂ 40% ਸਕਸੈਸ ਰੇਟ ਰਹਿੰਦਾ ਉਹ ਜੇ ਕੇਸਿਸ ਦੇ ਵਿੱਚ ਤੇ ਸਟੂਡੈਂਟ ਨੂੰ ਇਹ ਮੰਨ ਕੇ ਚੱਲਣਾ ਪੈਣਾ ਕਿ ਨਾ ਕਰ ਰਿਸਕ ਲੈ ਲੇ ਤਦ ਉਹ ਜੇ ਉਹ ਸੋਚੇ ਕਿ ਮੇਰਾ ਮੈਂ ਬਿਲਕੁਲ ਰਿਸਕ ਨਹੀਂ ਲੈਣਾ ਤੇ ਯੂਕੇ ਕਰੇ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਹੀ 6 ਬੈਂਡ ਜਾਂ 5.5 ਚਾਰਾਂ 'ਚ ਹੋਏ ਜਾਂ 6 ਹੋਏ 5.5 ਤੋਂ ਘੱਟ ਨਾ ਹੋਵੇ ਤੁਸੀਂ ਉਹ ਕੰਟਰੀ ਲੋ ਜਿਸ ਕੰਟਰੀ ਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ ਜੇ ਦੋ 'ਚ 5.5 ਹੈ ਔਰ ਤੁਹਾਡੇ ਮੰਨ ਲਓ 70 ਤੋਂ 80% ਹੈ ਫਿਰ ਤੁਹਾਡੇ ਰਿਜੈਕਸ਼ਨ ਦੇ ਚਾਂਸਸ ਬਹੁਤ ਘੱਟ ਹੋ ਜਾਂਦੇ ਆ ਹੈਨਾ ਤੁਸੀਂ ਕੋਈ ਬਹੁਤ ਆ ਕੋਰਸ ਲਿਆ ਜਿਹੜਾ ਕੀ ਹਨਾ ਜਿਹਦੇ ਵਿੱਚ ਮੈਥ ਚਾਹੀਦਾ ਔਰ ਮੈਥ ਹੈ ਨਹੀਂ ਹਾਂ ਬਿਲਕੁਲ ਹੈਨਾ ਇਹ ਚੀਜ਼ਾਂ ਤੁਹਾਡੇ ਟੈਕਨੀਕਲ ਚੀਜ਼ਾਂ ਬਹੁਤ ਜ਼ਿਆਦਾ ਗੈਪ ਬਹੁਤ ਜ਼ਿਆਦਾ ਹੈ ਜਿਹੜਾ ਤੁਹਾਡਾ ਕੋਈ ਰਿਲੇਸ਼ਨ ਨਹੀਂ ਬਣ ਰਿਹਾ ਤੁਸੀਂ ਕੋਈ ਕੰਪਿਊਟਰ ਦਾ ਸਰਟੀਫਿਕੇਟ ਜਾ ਲਗਾਤਾ ਬਣਾ ਕੇ ਹੈਨਾ ਇਹ ਬੜੀ ਕਾਮਨ ਜੀ ਗੱਲਾਂ ਹੈ ਜਿਹੜੀ ਬੱਚੇ ਮਿਸਟੇਕ ਕਰਦੇ ਆ ਜਿਹੜੇ ਛੋਟੇ ਛੋਟੇ ਏਜੰਟ ਬਣ ਗਏ ਆ ਸੋ ਕਾਲਡ ਨਵੇਂ ਨਵੇਂ ਉਹਨਾਂ ਨੂੰ ਪਤਾ ਨਹੀਂ ਫਾਈਲਾਂ ਤੋਂ ਛੇੜਖਾਨੀ ਕਰਨੀ ਆ ਉਹਦੇ ਬਾਅਦ ਸਟੂਡੈਂਟ ਦਾ ਵੀਜ਼ਾ ਲਗਣਾ ਚੁਰਾਲਾ ਮੁਸ਼ਕਲ ਹੁੰਦਾ ਹੈ ਔਰ ਕੈਨੇਡਾ ਇੱਕ ਐਦਾਂ ਦੀ ਕੰਟਰੀ ਹੈ ਜੇ ਤੁਸੀਂ ਗਲਤ ਡਾਕੂਮੈਂਟ ਨਾ ਲਾਓ ਹਾਂ ਪੰਜਵੀਂ ਵਾਰੀ ਵੀ ਵੀਜ਼ਾ ਦੇ ਦਿੰਦੇ ਗਈ ਵਾਰੀ ਤੇ ਬੜੀ ਅਨਪ੍ਰਡਿਕਟੇਬਲ ਕੰਟਰੀ ਹੈ ਡਿਊਲਿੰਗੋ ਤੋਂ ਵੀਜ਼ਾ ਦੇ ਦੇਣਗੇ ਆਲਸ ਤੇ ਰਿਜੈਕਟ ਕਰ ਦੇਣਗੇ ਇਹ ਤੁਹਾਨੂੰ ਪੇਸ਼ੈਂਸ ਰੱਖਣਾ ਪਏਗਾ ਬਾਕੀ ਇਹ ਕੈਨੇਡਾ ਦਾ ਇੰਡੀਅਨਸ ਦੇ বিনা ਗੁਜ਼ਾਰਾ ਨਹੀਂ ਹੈ ਖਾਸ ਕਰ ਪੰਜਾਬੀਆਂ ਦੇ বিনা ਤੇ ਵੀਜ਼ਾ ਬਹੁਤ ਮਿਲਦੇ ਆ ਲੇਕਿਨ ਇਹ ਕਿ ਤੁਸੀਂ ਆਪਣੀ ਪ੍ਰੋਫਾਈਲ ਠੀਕ ਬਣਾ ਕੇ ਰੱਖੋ ਜੀ ਜੀ ਸੈਕੰਡ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਇਹ ਤੇ ਆਪਾਂ ਰਿਜੈਕਸ਼ਨ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ ਹਾਂ ਜੀ ਹੁਣ ਜਿਹੜੇ ਆ ਇਹ ਹੈ ਕਿ ਰਿਜੈਕਸ਼ਨ ਦੇ ਮੁੱਦੇ ਦੇ ਜਿਹੜੇ ਆਪਾਂ ਪੁਆਇੰਟਸ ਉਠਾਏ ਆ ਇਹ ਹੀ ਬੱਚਾ ਜਿੱਥੇ ਜਿਹੜਾ ਆਪਾਂ ਨੂੰ ਲੱਗ ਰਿਹਾ ਕੈਨੇਡਾ ਰਿਜੈਕਸ਼ਨ ਦੇ ਬਹੁਤ ਜ਼ਿਆਦਾ ਚਾਂਸੇਜ਼ ਆ ਉਹੀ ਬੱਚਾ ਯੂਐਸਏ ਅਪਲਾਈ ਕਰ ਲੈ ਹਾਂ ਹਾਂ ਹੈਨਾ ਆਇਲ ਚ ਚਾਹੇ ਉਹਦੇ 5.5 ਵੀ ਆ ਬੋਲਣ ਚ ਉਹਦਾ ਕੌਨਫੀਡੈਂਸ ਹਾਂ ਹਾਂ ਉਹਦਾ ਵੀਜ਼ਾ 90% ਤੋਂ ਉੱਪਰ ਇਸ ਟਾਈਮ ਵੀਜ਼ਾ ਚਾਂਸੇਜ਼ ਯੂਐਸਏ ਯੂਐਸਏ ਦੇ ਵਿੱਚ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਵੀਜ਼ੇ ਤੋਂ ਪਹਿਲੇ ਤੁਹਾਡਾ ਮਿਨੀਮਮ ਖਰਚਾ ਸਿਵਾਏ ਫੀਸ ਚੱਲੀ ਗਈ ਤੁਹਾਡਾ ਨਾ ਐਮਬੈਸੀ ਫੀਸ ਚੱਲੀ ਗਈ ਆਈ 20 ਚੱਲੀ ਗਈ ਆਲਮੋਸਟ ਹਰ ਚੀਜ਼ ਵੀਜ਼ੇ ਦੇ ਬਾਅਦ ਆ ਜਿਹਦੇ ਵਿੱਚ ਨਾ ਤੁਹਾਡਾ ਕੋਈ ਜੀਆਈਸੀ ਜਾਣਾ ਨਾ ਤੁਹਾਡੇ ਯੂਨੀਵਰਸਿਟੀ ਦੀ ਸਾਲ-ਸਾਲ ਦੀ ਫੀਸਾ ਪੱਲੇ ਜਾਣੀ ਆ ਤੇ ਇਸ ਤੋਂ ਵਧੀਆ ਕੰਟਰੀ ਕੀ ਹੋਏਗੀ ਅਮਰੀਕਾ ਜਿਹੜਾ ਟਾਪ ਆਫ ਦਾ ਵਰਲਡ ਹੈ ਇਸ ਟਾਈਮ ਤੁਸੀਂ ਦੇਖੋ ਕਿ ਉਹਨਾਂ ਦੀ ਅਪੁਆਇੰਟਮੈਂਟ ਡੇਟ ਨੂੰ ਇੰਨਾ ਸਟਰਗਲ ਕਰਨਾ ਪੈ ਰਿਹਾ ਕਿਉਂਕਿ ਇੰਨਾ ਬੱਚਾ ਜਾ ਰਿਹਾ ਹੈ ਸਾਊਥ ਇੰਡੀਅਨ ਹੈਦਰਾਬਾਦੀਆਂ ਦੀ ਗੱਲ ਕਰੋ ਗੁਜਰਾਤੀਆਂ ਦੀ ਗੱਲ ਕਰੋ ਉਹਨਾਂ ਦਾ ਫਰਸਟ ਜਿਹੜਾ ਪ੍ਰਿਫਰਡ ਕੰਟਰੀ ਹੀ ਯੂਐਸਏ ਹੈ ਆਈਟੀ ਦੇ ਵਿੱਚ ਸਭ ਤੋਂ ਉੱਪਰ ਠੀਕ ਹੈ ਟੈਕਨੋਲੋਜੀ ਦੇ ਵਿੱਚ ਜਿਹੜਾ ਸਿਲੀਕਨ ਵੈਲੀ ਕਹਿੰਦੇ ਹੋ ਤੁਸੀਂ ਯੂਐਸਏ ਦੇ ਵਿੱਚ ਤੇ ਜਿਹੜਾ ਸਟੂਡੈਂਟ ਯੂਐਸਏ ਚਲਾ ਗਿਆ ナチュラル ਆ ਕਿ ਸੈਲਰੀ ਸਭ ਤੋਂ ਜ਼ਿਆਦਾ ਉੱਥੇ ਸੈਟਲਮੈਂਟ ਆਪਸ਼ਨਸ ਬਹੁਤ ਅੱਛੀ ਹੁੰਦੀਆਂ ਲੇਕਿਨ ਇਹ ਹੈ ਕਿ ਬੱਚੇ ਡਰਦੇ ਕਿਉਂ ਹੈ ਇੰਟਰਵਿਊ ਪਰਸਨਲ ਇੰਟਰਵਿਊ ਬਿਲਕੁਲ ਬਿਲਕੁਲ ਚਾਰ ਕੁਐਸਚਨ ਪੁੱਛਨੇ ਆ ਉਹਨਾਂ ਨੇ ਕਿਹੜੇ ਕੁਐਸਚਨ ਪੁੱਛਨੇ ਆ ਹੂੰ ਵਾਈ ਯੂ ਵਾਂਟ ਟੂ ਸਟੱਡੀ ਇਨ ਯੂ ਐਸ ਏ ਯੂ ਐਸ ਕਿਉਂ ਪੜਨਾ ਚਾਹੁੰਦੇ ਹੋ ਕਿਹੜੀ ਯੂਨੀਵਰਸਿਟੀ ਚ ਜਾ ਰਹੇ ਹੋ ਕੀ ਕੋਰਸ ਚ ਜਾ ਰਹੇ ਹੋ ਕਿੰਨੀ ਫੀਸ ਆ ਉਹ ਦੇਖਣਾ ਚਾਹੁੰਦੇ ਇਸ ਬੱਚੇ ਨੂੰ ਇੰਨਾ ਕੁ ਪਤਾ ਹੈ ਕਿ ਨਹੀਂ ਪੜਨ ਯੋਗ ਹੈ ਕਿ ਨਹੀਂ ਜਦ ਅੱਖਾਂ ਚ ਅੱਖ ਮਿਲਾ ਕੇ ਵੀਜ਼ਾ ਆਫਿਸਰ ਦੇ ਕੌਨਫੀਡੈਂਸ ਨਾਲ 2 ਮਿੰਟ ਚ ਉਹ ਇਹ ਕੁਐਸਚਨ ਆਰਾਮ ਨਾਲ ਦੱਸ ਦਿੰਦਾ ਉਹਦਾ ਵੀਜ਼ਾ ਹੁਣ ਜਿੰਨੇ ਵੀਜ਼ੇ ਹੋਏ ਆ ਮੇਰੇ ਤੇ ਹੁਣ ਬਾਹਰ ਰੱਖੇ ਹੋ ਤੁਹਾਨੂੰ ਮੈਂ ਇੱਥੇ ਦਿਖਾ ਦਿੰਦੀ ਜਿੰਨੇ ਵੀਜ਼ੇ ਆ ਉਹ ਜਿਹੜੇ ਮਿੰਟ ਚ ਅਪਰੂਵ ਹੋਏ ਜੀ ਜੀ ਬਿਲਕੁਲ ਕਿਉਂਕਿ ਓਵਰ ਆਲ ਹੀ ਦੇਖਿਆ ਜਾਂਦਾ ਕਿ USA ਨੂੰ ਲੈ ਕੇ ਲੋਕ ਕਨਨਾ ਤਾਂ ਜਾਂਦੇ ਆ ਪਰ ਉਹੀ ਗੱਲ ਆਂਦੀ ਇੰਟਰਵਿਊ ਤੋਂ ਕਈ ਘਬਰਾ ਜਾਂਦੇ ਨੇ ਤਾਂ ਕੀ ਖਾਸ ਔਰਤੇ ਕੁਝ ਤੁਹਾਡੇ ਵੱਲੋਂ ਵੀ ਸਟੂਡੈਂਟਸ ਨੂੰ ਗਾਈਡ ਕੀਤਾ ਜਾਂਦਾ ਇੰਟਰਵਿਊਸ ਨੂੰ ਲੈ ਕੇ ਮੈਂ ਤੁਹਾਨੂੰ ਇਹ ਹੀ ਤਾਂ ਕਹਿ ਰਹੀ ਆ ਕਿ ਉਹਦਾ ਕੌਨਫੀਡੈਂਸ ਹੋਏ ਕੌਨਫੀਡੈਂਸ ਕੀ ਆ ਮੇਰੇ ਕੋਲ ਤੁਸੀਂ ਭੇਜੋ ਜੇ ਬੱਚਾ ਥੋੜਾ ਜਿਹਾ ਵੀ ਕੌਨਫੀਡੈਂਸ ਹੈ ਵੀਜ਼ਾ ਨਾ ਲੱਗੇ ਅਸੀਂ ਕੋਈ ਪੈਸਾ ਨਹੀਂ ਲਾ ਰਹੇ ਠੀਕ ਹੈ ਪੈਸਾ ਲੱਗਿਆ ਹੀ ਕੀ ਉਹਦਾ ਐਂਡ ਉਹਦਾ ਮਤਲਬ ਇਹ ਸਮਝ ਲਓ ਮੇਰੇ ਕੋਲ ਆ ਗਿਆ ਆਲਮੋਸਟ ਬੱਚੇ ਦਾ ਵੀਜ਼ਾ ਰੈਡੀ ਮੈਂ ਉਹੀ ਬੱਚਾ ਲੈਣੀ ਆ ਜਿਹਦਾ ਵੀਜ਼ਾ ਲੱਗਣ ਵਾਲਾ ਹੈ ਕਿਉਂਕਿ ਮੈਂ ਉਹਨਾਂ ਦਾ ਵੀ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੀ ਔਰ ਆਪਣਾ ਵੀ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੀ ਜਿਹੜਾ ਬੱਚਾ ਨਹੀਂ ਬੋਲ ਸਕਿਆ ਉਹਨੂੰ ਅਸੀਂ ਅਦਰ ਕੰਟਰੀਜ਼ ਦੇ ਆਪਸ਼ਨ ਦਵਾਂਗੇ ਹੁਣ ਜਿੱਦਾਂ ਜਰਮਨੀ ਦਾ ਉਹਦੇ ਵਿੱਚ ਵੀ ਛੋਟਾ ਜਿਹਾ ਇੰਟਰਵਿਊ ਹੁੰਦਾ ਹੈ ਅੱਛਾ ਉਹ ਮਨ ਲਾ ਬੱਚਾ ਕਹਿੰਦਾ ਮੈਂ ਜਾਣਾ ਜਰਮਨੀ ਆ ਬੋਲ ਮੈਂ ਜਾਦਾ ਸਕਦਾ ਨਹੀਂ ਤੇ ਗ੍ਰੀਸ ਤੇ ਜਰਮਨੀ ਦਾ ਆਪਸ ਚ ਟਾਈ ਆ ਪਾਠ ਮਹੀਨੇ ਇੱਥੇ ਪੜੋ ਨੇ ਨੈਕਸਟ ਈਅਰ ਉੱਥੇ ਚਲੇ ਜਾਓ ਆਪਸ਼ਨਸ ਬਹੁਤ ਹੈ ਬੱਚੇ ਨੂੰ ਹੈ ਨਾ ਇਹ ਸਮਝੇ ਕਿ ਕੈਨੇਡਾ ਮੈਂ ਜਾਣਾ ਇੱਕ ਚ ਪੰਜ ਬੈਂਡ ਹੈ 2.55 ਉਹ ਨਹੀਂ ਪਹੁੰਚ ਸਕੇਗਾ ਉਹ ਟਾਈਮ ਵੇਸਟ ਕਰਨ ਦੀ ਜਗਾ ਤੁਸੀਂ ਇੱਕ ਸਾਲ 8 ਮਹੀਨੇ ਕੋਈ ਅੱਛੀ ਕੰਟਰੀ ਚ ਪੜ ਲਓ ਸੈਕੰਡ ইয়ার ਤੁਹਾਨੂੰ ਆਪ ਟ੍ਰਾਂਸਫਰ ਮਿਲੇਗੀ ਹੂੰ 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 ਬਿਲਕੁਲ ਕਿਉਂਕਿ ਨਾਰਮਲ ਲਈ ਹੁੰਦਾ ਕਿ ਸਟੂਡੈਂਟਸ ਜਿਹੜੇ ਨੇ ਆਪਣਾ ਆਇਲਸ ਜਦੋਂ ਸਕੋਰ ਕੱਟ ਹੁੰਦਾ ਫਿਰ ਵੀ बार-बार ਔਰ ਟਰਾਈ ਕਰੀ ਜਾਂਦੇ ਨੇ ਕਿ ਅਸੀਂ ਕੈਨੇਡਾ ਹੀ ਚਲੇ ਜਾਈਏ ਉਸ ਦੇ ਨਾਲ ਜੋ ਹੈ ਗੈਪ ਵੀ ਵੱਜ ਜਾਂਦਾ ਹੈ ਔਰ ਦੂਸਰੀ ਗੱਲ ਹੈ ਹੋਰ ਵੀ ਕਈ ਅੱਛੀ ਆਪਸ਼ਨਸ ਹੁੰਦੀਆਂ ਜਿਸ ਨੂੰ ਤੁਸੀਂ ਮਿਸ ਕਰ ਜਾਂਦੇ ਹੋ ਤੇ ਨਾਲ ਦੀ ਨਾਲ ਮੈਮ ਯੂਕੇ ਬਾਰੇ ਵੀ ਜ਼ਰੂਰ ਜਾਣਨਾ ਚਾਹੂੰਗੀ ਕਿ ਯੂਕੇ ਲਈ ਹੁਣ ਕਿਹੜੇ-ਕਿਹੜੇ ਸਟੂਡੈਂਟਸ ਔਰ ਕਿਹੜੇ-ਕਿਹੜੇ ਇਨਟੇਕਸ ਲਈ ਅਪਲਾਈ ਕਰ ਸਕਦੇ ਨੇ ਯੂਕੇ ਹੁਣ ਨੈਚੁਰਲ ਹੈ ਇੱਕ ਅੱਧ ਦੀ ਯੂਨੀਵਰਸਿਟੀ ਦਾ ਨਵੰਬਰ ਇਨਟੇਕ ਹੈ ਉਹ ਸਟੂਡੈਂਟਸ ਅਪਲਾਈ ਕਰ ਸਕਦੇ ਆ ਆਦਰਵਾਇਜ਼ ਮੈਕਸਿਮਮ ਦੇ ਵਿੱਚ ਜਨਵਰੀ ਇਨਟੇਕ ਹੈ ਤੇ ਜਨਵਰੀ ਵਾਸਤੇ ਵੀ ਜਿਹੜੀ ਆ ਹੁਣ ਦੇਖੋ ਡੈਡਲਾਈਨ ਇੰਨੀ ਜਲਦੀ ਇਸ ਟਾਈਮ ਬੱਚਾ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਬੰਦ ਹੈ ਇਹ ਮੰਨ ਕੇ ਚੱਲ ਹਾਂਜੀ ਹਾਂਜੀ ਤੇ ਉਹ ਵੀ ਬੱਚਾ ਕਿੱਧਰੇ ਜਾਏਗਾ ਔਰ ਜਿਨ੍ਹਾਂ ਦੇ 5.5 ਬੈਂਡ ਹੈ ਜਿਹੜੇ ਨਹੀਂ ਕੈਨੇਡਾ ਜਾ ਸਕਰੇ ਇਹ ਉਹ ਵੀ ਯੂਕੇ ਜਾ ਰਹੇ ਹੈ ਤੇ ਯੂਕੇ ਤੇ ਵੀ ਪ੍ਰੈਸ਼ਰ ਹੈ ਬਿਲਕੁਲ ਅੱਛਾ ਉਹਨਾਂ ਦੀ ਵੀ ਜਿਹੜੀ ਸੀਟਾਂ ਬਹੁਤ ਜਲਦੀ ਖਤਮ ਹੋ ਰਹੀਆਂ ਨੇ ਨੋ ਡਾਊਟ ਯੂਕੇ 'ਚ ਯਾਨੀ ਯੂਨੀਵਰਸਿਟੀਆਂ ਬਹੁਤ ਹੈ ਕਿਉਂਕਿ ਵਰਲਡ ਕਲਾਸ ਐਜੂਕੇਸ਼ਨ ਵੀ ਯੂਕੇ ਵਿੱਚ ਹੈ ਜੀ ਸਕਾਲਰਸ਼ਿਪ ਵੀ ਬਹੁਤ ਜ਼ਿਆਦਾ ਹੈ ਹੁਣ 10-12 ਲੱਖ ਚ ਤੁਹਾਨੂੰ ਯੂਕੇ ਦੇ ਵਿੱਚ ਜਿਹੜੀ ਹੈ ਪਰ ਹਨਮ ਫੀਸ ਪੈ ਰਹੀ ਹੈ 6 ਮਹੀਨੇ ਦੀ ਫੀਸ ਪਹਿਲੇ ਪੇ ਕਰਨੀ ਆ 3 ਮਹੀਨੇ ਡਿਪੈਂਡ ਕਰਦਾ ਯੂਨੀਵਰਸਿਟੀ ਜੀ 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 ਜਨਵਰੀ ਇਨਟੇਕ ਆ ਔਰ ਉਹਦਾ ਸਿੰਪਲ ਜਿਹਾ ਜਿਹੜਾ ਹੈ ਉਹਨਾਂ ਦਾ ਪ੍ਰੋਸੈਸ ਹੈ 28 ਡੇਜ਼ 올ਡ ਫੰਡ ਦਿਖਾਓ ਜੀ ਇਹ ਕੰਟਰੀਜ਼ ਨੇ ਇੰਨਾ ਈਜ਼ੀ ਕੀਤਾ ਕਿਉਂਕਿ ਇਹਨਾਂ ਨੂੰ ਜਦ ਬੱਚੇ ਚਾਹੀਦੇ ਹੁੰਦੇ ਆ ਤੇ ਈਜ਼ੀ ਕਰ ਦਿੰਦੇ ਆ ਨਹੀਂ ਤੇ 5 5-7 ਸਾਲ ਬੰਦ ਰਿਆ ਸੀਗਾ ਇਹਨਾਂ ਦਾ 7-8 ਸਾਲ ਬੰਦ ਰਿਆ ਸੀ ਫਿਰ ਇਹਨਾਂ ਨੇ ਖੋਲਿਆ ਲਾਸਟ ইয়ার ਤੇ ਇਹ ਇਸ ਟਾਈਮ ਬਹੁਤ ਈਜ਼ੀ ਹੈ ਨੋ ਡਾਊਟ विदाउट आइल्स ਜਿਹੜਾ ਇਹ ਚਾਂਸੇ ਚ ਨਾ ਆਓ ਕਿਉਂਕਿ ਸਟੇਟ ਬੋਰਡ ਦੀ ਜਿਹੜੀ ਤੁਹਾਨੂੰ ਇੰਗਲਿਸ਼ ਚ ਪਲੱਸ 2 ਚ 70% ਚਾਹੀਦੇ ਆ ਸੀਬੀਐਸਸੀ ਦੇ 60% ਚਾਹੀਦੇ ਆ ਸਟੇਟ ਬੋਰਡ ਦੀ ਸਾਰੀ ਯੂਨੀਵਰਸਟੀਆਂ ਵਿਦਾਊਟ ਆਇਲਸ ਨਹੀਂ ਲੈਂਦੀਆਂ ਕੁਝ ਯੂਨੀਵਰਸਟੀਆਂ ਸੀਬੀਐਸਸੀ ਦੀ ਮੈਕਸਿਮਮ ਯੂਨੀਵਰਸਟੀਆਂ ਲੈ ਲੈਂਦੀ ਪਰ ਉਸ ਤੋਂ ਜ਼ਿਆਦਾ ਯੂਨੀਵਰਸਟੀਆਂ ਆਇਲਸ ਨੂੰ ਪੀਟੀ ਜਾਂ ਡਿਊਲਿੰਗੋ ਇਹ ਟੈਸਟ ਪ੍ਰੇਫਰ ਕਰਦੀਆਂ ਇੰਗਲਿਸ਼ ਜੀ 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 ਬਿਲਕੁਲ ਸੋ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਸੈਕਟਰ 35C ਵਿੱਚ ਇਹਨਾਂ ਦਾ ਆਫਿਸ ਹੈ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਪਹੁੰਚੋ ਆਪਣੇ ਪੇਰੈਂਟਸ ਨੂੰ ਜ਼ਰੂਰ ਨਾਲ ਲੈ ਕੇ ਆਇਓ ਤਾਂ ਕਿ ਉਹਨਾਂ ਨੂੰ ਵੀ ਤੁਹਾਡੀ ਪ੍ਰੋਫਾਈਲ ਬਾਰੇ ਤੁਹਾਡੇ ਅੱਗੋਂ ਕੀ ਪ੍ਰੋਸੀਜਰ ਹੋਣਾ ਹੈ ਜਾਂ ਕਿਹੜੀ-ਕਿਹੜੀ ਆਪਸ਼ਨਸ ਨੇ ਤੁਹਾਡੇ ਲਈ ਉਹ ਵੀ ਉਹ ਜਾਣ ਸਕਣ ਕਿਉਂਕਿ ਇਹ ਬੜੀ ਉਮਰ ਪਰ ਦੀ ਮਿਹਨਤ ਦੀ ਕਮਾਈ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਉੱਪਰ ਲਗਾਣੀ ਹੁੰਦੀ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਇਹ ਚੀਜ਼ ਤੁਸੀਂ ਬਹੁਤ ਸਹੀ ਕਿ ਕਿ ਉਮਰ ਪਰ ਦੀ ਉਹਨਾਂ ਦੀ ਜਿਹੜੀ ਕਮਾਈ ਹੈ ਜੀ ਇੱਕ ਇਸ ਚੀਜ਼ ਤੇ ਖਰਚ ਹੋ ਰਹੀ ਹੈ ਕਿ ਸਾਡੇ ਬੱਚੇ ਦਾ ਭਵਿੱਖ ਵਧੀਆਂ ਬਣ ਜਾਵੇ। ਬਿਲਕੁਲ ਬਿਲਕੁਲ ਉਸ ਭਵਿੱਖ ਦੇ ਵਿੱਚ ਤੁਸੀਂ ਕਿਧਰੇ ਗੱਲਾਂ ਜਗ੍ਹਾ ਫਸ ਗਏ। ਹੂੰ ਤੇ ਉੱਥੇ ਪਹਿਲਾਂ ਹੀ ٹرسٹ ਖਰਾਬ ਹੋ ਗਿਆ ਤੁਹਾਡਾ ਤੇ ਸਾਰੇ ਬੱਚੇ ਦੀ ਲਾਈਫ ਜਿਹੜੀ ਉਹ ਡਿਸਟਰਬ ਹੋ ਜਾਂਦੀ ਹੈ। ਬੱਚਾ ਇੱਕ ਬਹੁਤ ਮਸੂਮ ਹੁੰਦਾ। ਬਿਲਕੁਲ ਡਿਸੀਜਨ ਨਹੀਂ ਲੈ ਸਕਦਾ ਸਹੀ। ਡਿਸਟਰਬ ਹੁੰਦਾ ਨਾ ਤੇ ਫਿਰ ਉਹ ਇੱਕ ਦਿਲ ਛੋੜ ਦਿੰਦਾ ਹੈ। ਬਿਲਕੁਲ ਔਰ ਉਹੀ ਡਿਸੀਜਨ ਠੀਕ ਹੋਏ। ਬੱਚਾ ਨਿਕਲ ਗਿਆ ਅੱਛੀ ਯੂਨੀਵਰਸਿਟੀ ਚ ਨਿਕਲ ਗਿਆ ਘਰਵਾਲਿਆਂ ਦੀ ਸਪੋਰਟ ਮਿਲੀ ਕੰਸਲਟੈਂਟ ਦੀ ਸਪੋਰਟ ਮਿਲੀ ਪੜ ਗਿਆ। ਓਏ ਸਟੂਡੈਂਟ ਜਿਹੜਾ ਵਾਈਟ ਕਾਲਰ ਜੌਬ ਲੈਂਦਾ ਵਧੀਆ ਕਮਾਉਂਦਾ ਲਾਈਫ ਜੀ ਵਧੀਆ ਸੈਟਲ ਹੁੰਦਾ ਹੈ ਯਕੀਨ ਨਹੀਂ ਕਰੋਗੇ ਤੁਸੀਂ ਮੈਂ 2000 ਰੁਪਏ ਚ ਕੈਨੇਡਾ ਬੱਚਾ ਭੇਜਿਆ ਸੀਗਾ ਜੀ ਕਿਉਂਕਿ ਅਜ 25 ਸਾਲ ਹੋ ਗਏ ਪੇਰੇ ਉਹਦਾ ਬ੍ਰਦਰ ਪਰਸੋਂ ਆਇਆ ਕਿ ਮੈਡਮ ਮੈਂ ਮਤਲਬ ਕੋਈ ਵੀ ਉਹਨਾਂ ਨੇ ਵੀਜ਼ਾ ਆਪਣਾ ਕਰਾਉਣਾ ਸੀਗਾ ਕਿ ਮੈਡਮ ਮੇਰਾ ਵੀ ਕੁਝ ਦੇਖ ਲਓ 2008 ਦਾ ਉਹਨਾਂ ਨੇ ਵਿਜ਼ਿਟਿੰਗ ਕਾਰਡ ਸਾਹਮਣੇ ਹੋਇਆ ਮੈਨੂੰ ਦਿਖਾਇਆ ਜੀ ਮਤਲਬ ਉਹ ਕਹਿੰਦੇ ਨੇ ਅੱਖਾਂ ਚੋਂ ਥਰੂ ਆ ਜਾਂਦਾ ਕਿ ਹਨਾ ਇਹਨਾਂ ਨੇ ਇੰਨਾ ਸਾਂਭ ਕੇ ਰੱਖਿਆ ਕਹਿੰਦੇ ਮੈਡਮ ਲੁਧਿਆਣੇ ਤੋਂ ਆਏ ਕਿ ਮੈਡਮ ਅਸੀਂ ਤੁਹਾਡੇ ਇਲਾਵਾ ਕਿਸੇ ਦਾ ਭਰੋਸਾ ਹੀ ਨਹੀਂ ਕਰ ਸਕਦੇ ਉਹ ਬ੍ਰਦਰ ਗਿਆ ਸੀ ਐਨ ਤੁਸੀਂ ਜਦ ਹੀ ਕਰਕੇ ਫਲਾਈਟ ਚੜ੍ਹਾਉਂਦੇ ਸੀ ਤੇ ਮੈਂ ਇੰਨਾ ਕੁ ਸੌਖਾ ਰੱਖਦੀ ਹਾਂ ਹੁਣ ਜਿਹੜੇ ਵੀਜ਼ੇ ਲੱਗੇ ਹੋਏ ਆ ਆਪ ਉਹਨਾਂ ਦਾ ਦੇਖ ਰਹੀਆਂ ਕਿ ਉਹਨਾਂ ਦੀ ਅਕਮੋਡੇਸ਼ਨ ਵੀ ਹੋਣੀ ਚਾਹੀਦੀ ਹੈ ਕੋਈ ਪਿਕਅਪ ਕਰਨ ਵੀ ਆ ਜੇ ਬਿਲਕੁਲ ਅੱਛਾ ਫਲਾਈਟ ਦੀ ਟਿਕਟਾਂ ਵੀ ਸਾਰੀ ਹੈਲਪ ਕੀਤੀ ਹੈ ਕਿਹੜੇ ਰੂਟ ਤੋਂ ਜਾਣਾ ਹੈ ਕਿੱਦਾਂ ਜਾਣਾ ਹੈ ਕਿ ਇਹਨਾਂ ਨੂੰ ਪ੍ਰੋਬਲਮ ਨਾ ਆਏ ਕਿਹੜਾ ਟੈਸਟ ਉੱਥੇ ਇਹਨਾਂ ਨੇ ਜਿਹੜਾ ਆਰਟੀਵੀਸੀ ਟੈਸਟ ਜਿਹੜਾ 72 ਹਾਰਡਸ ਪਹਿਲੇ ਲੈ ਕੇ ਜਾਣਾ ਕੋਵਿਡ ਵੈਕਸੀਨੇਸ਼ਨ ਦਾ ਕਿੱਦਾਂ ਅਰੇਂਜਮੈਂਟ ਮਤਲਬ ਹਰ ਚੀਜ਼ ਬੱਚੇ ਦੀ ਆਪ ਮੈਂ ਕੰਟਰੋਲ ਕਰਦੀਆਂ ਜਿਸ ਤੋਂ ਉਹਨਾਂ ਨੂੰ ਜਾ ਕੇ ਸਟੂਡੈਂਟ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਏ ਜਦ ਅਪਲਾਈ ਹੁੰਦਾ ਹੈ ਮੈਕਸਿਮਮ ਸਕਾਲਰਸ਼ਿਪ ਅਸੀਂ ਸਟੂਡੈਂਟ ਵ ਸਕਾਲਰਸ਼ਿਪ ਕਰਾਈਆਂ ਯੂਐਸ ਦੇ ਵਿੱਚ ਬਹੁਤ ਸਟੂਡੈਂਟਸ ਦੀਆਂ ਨੋ ਡਾਊਟ ਉਹਨਾਂ ਦਾ ਵੀ ਪ੍ਰੋਫਾਈਲ ਹੋਣਾ ਚਾਹੀਦਾ ਪਰ ਐਫਰਟ ਸਾਡੀ ਵੀ ਹੁੰਦੀਆਂ ਯੂਨੀਵਰਸਿਟੀ ਨਾਲ ਫਾਈਟ ਕਰਨਾ ਮੈਕਸਿਮਮ ਸਕਾਲਰਸ਼ਿਪ ਵਾਸਤੇ ਇਹ ਵੀ ਇੱਕ ਬਹੁਤ ਬੜੀ ਗੱਲ ਹੈ ਜੀ ਬਿਲਕੁਲ ਸੋ ਤੁਸੀਂ ਇਸ ਟਾਈਮ ਕੈਨੇਡਾ ਯੂਐਸ ਤੇ ਯੂਕੇ ਜੋ ਕਿ ਬਹੁਤ ਅੱਛੀ ਆਪਸ਼ਨਸ ਬਹੁਤ ਅੱਛੀ ਓਪਰਚ्युनिटी ਤੁਹਾਨੂੰ ਮਿਲ ਰਹੀਆਂ ਨੇ ਤੇ ਅਪਲਾਈ ਤੁਸੀਂ ਕਰ ਸਕਦੇ ਹੋ ਤੇ ਜ਼ਰੂਰ ਵੀਨਾ ਗੋਇਲ मैम ਜੀ ਜਿਨ੍ਹਾਂ ਕੇ 25 ਸਾਲਾਂ ਦਾ ਐਕਸਪੀਰੀਅੰਸ ਹੈ ਇਹਨਾਂ ਦੀ ਕੰਪਨੀ ਦਾ ਸੋ ਬਹੁਤ ਹੀ ਮਾਹਿਰ ਨਜ਼ਰ ਨਾਲ ਹਰੇਕ ਪ੍ਰੋਫਾਈਲ ਨੂੰ ਵੇਖਦੇ ਨੇ ਕਿੱਥੇ ਕਿੱਥ ਸਟੂਡੈਂਟ ਨੂੰ ਕਿੱਥੇ ਅਪਲਾਈ ਕਰਨਾ ਚਾਹੀਦਾ ਹੈ ਸੋ ਉਸ ਮਾਹਿਰ ਸਲਾਹ ਦੇ ਲਈ ਤੁਸੀਂ ਮੈਮ ਨੂੰ ਮਿਲ ਸਕਦੇ ਹੋ ਚੰਡੀਗੜ੍ਹ ਬਟਾਲਾ ਔਰ ਪਠਾਨਕੋਟ ਵੀ ਤੁਹਾਡੇ ਆਫਿਸਿਸ ਨੇ ਹਨਾ ਤੇ ਬਿਲਕੁਲ ਤੁਸੀਂ ਜੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਸ ਉੱਪਰ ਕਾਲ ਕਰਕੇ ਪਹਿਲਾਂ ਗੱਲ ਕਰਕੇ ਉਸ ਬਾਅਦ ਡਾਕੂਮੈਂਟਸ ਲੈ ਕੇ ਇਹਨਾਂ ਦੇ ਆਫਿਸ ਪਹੁੰਚ ਕੇ ਗੱਲ ਕਰ ਸਕਦੇ ਹੋ ਮੈਮ ਅਗਰ ਦੇਖੀਏ ਤਾਂ ਹੁਣ ਆਪਾਂ ਕਿਹੜੀ ਕਿਹੜੀ ਕੰਟਰੀਜ਼ ਦੇ ਦੇਖ ਰਹੇ ਹਾਂ ਕਿ ਵੀਜ਼ਾਸ ਜੋ ਕੰਟੀਨਿਊ ਆ ਰਹੇ ਜਿਹੜੇ ਅੱਜ ਰਿਸੀਵ ਹੋਏ ਆ ਜੀ ਇਹ ਕੈਨੇਡਾ ਯੂਐਸ ਦੇ ਹੈ ਅੱਜ ਜਿਹੜੇ ਕੈਨੇਡਾ ਯੂ ਐਸ ਏ ਦੇ ਓਕੇ ਹਾਂਜੀ ਹਾਂਜੀ ਐਂਡ ਪੀ ਪੀ ਆਰ ਰਿਕੁਐਸਟ ਔਰ ਕੁਝ ਆਸਟ੍ਰੇਲੀਆ ਦੇ ਵੀਜ਼ਾ ਇਹ ਸਾਰੇ ਅੱਜ ਦੇ ਆ ਅੱਛਾ ਜੀ ਹੈ ਨਾ ਜੀ 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 ਇਹ ਸਾਰੇ ਅੱਜ ਦੇ ਆ ਜੀ ਯਾਨੀ ਮਤਲਬ ਇਹ ਦੇਖੋ ਕਿ ਵੀਜ਼ਾਸ ਆ ਰਹੇ ਆ ਹੂੰ ਇਹ ਨਹੀਂ ਕਿ ਵੀਜ਼ਾਸ ਘਟ ਆ ਰਹੇ ਆ ਜਾਂ ਕੁਝ ਉਹ ਕੋਈ ਵੀ ਟੈਨਸ਼ਨ ਨਹੀਂ ਆ ਵੀਜ਼ਾਸ ਔਰ ਯੂ ਐਸ ਦਾ ਇਸ ਟਾਈਮ ਬਹੁਤ ਅੱਛਾ ਸਕਸੈਸ ਰੇਟ ਚੱਲ ਰਿਹਾ ਹੈ ਜੀ ਜੀ ਯੂ ਐਸ ਦਾ ਤੇ 95 96% ਬੱਚਾ ਥੋੜਾ ਜਿਹਾ ਬੋਲਣ ਵਾਲਾ ਹੈ ਦੋ ਤੋਂ ਤਿੰਨ ਕੁਐਸਚਨ ਪੁੱਛ ਰਹੇ ਆ ਨਾਲ ਦੇ ਨਾਲ ਵੀਜ਼ਾ ਦੇ ਰਹੇ ਹੂੰ ਹੂੰ ਅਗਰ ਅਪਾ ਯੂਐਸਏ ਦੀ ਗੱਲ ਕਰ ਰਹੇ ਆ ਤਾਂ ਅਗਰ ਸਪਾਊਸ ਵੀਜ਼ਾ ਲਗਾਣਾ ਹੈ ਤਾਂ ਫਿਰ ਉਹ ਪਲੱਸ 2 ਤੋਂ ਬਾਅਦ ਜਿਹੜੇ ਸਟੂਡੈਂਟਸ ਅਪਲਾਈ ਕਰ ਰਹੇ ਨੇ ਉਹ ਸਪਾਊਸ ਵੀਜ਼ਾ ਲਗਵਾ ਸਕਦੇ ਨੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਦੇਖੋ ਜਿਹੜਾ ਹਰ ਕੰਟਰੀ ਕਿਹਾ ਜਾਂਦਾ ਨਾ ਕੋਸ਼ਿਸ਼ ਇਹ ਹੁੰਦੀ ਹੈ ਕਿ ਗ੍ਰੈਜੂਏਸ਼ਨ ਦੇ ਬਾਅਦ ਵਾਲਾ ਬੱਚਾ ਮੈਚਿਊਰਡ ਸਟੂਡੈਂਟ ਹੋਵੇ ਬਿਲਕੁਲ ਬਿਲਕੁਲ ਮੈਚਿਊਰਡ ਸਟੂਡੈਂਟ ਨੂੰ ਜਿਹੜਾ ਵੀਜ਼ਾ ਅਫਸਰ ਹੈ ਮੰਨ ਲਓ ਤੁਸੀਂ ਵੀ ਵੀਜ਼ਾ ਅਫਸਰ ਹੋ ਤੁਸੀਂ ਵੀ ਜਦ ਵੀਜ਼ਾ ਦੋਗੇ ਤੁਸੀਂ ਦੇਖੋਗੇ ਕਿ ਬੱਚਾ ਮੈਚਿਊਰਡ ਹੈ ਸਪਾਊਸ ਨਾਲ ਜਾ ਰਿਹਾ ਕੋਈ ਐਸਾ ਵੈਸੇ ਹੀ ਤਾਂ ਨਹੀਂ ਅਰੇਂਜਮੈਂਟ ਕਰਕੇ ਜਾ ਰਿਹਾ ਇਹ ਸਭ ਤੋਂ ਵੱਡਾ ਕੰਸਰਨ ਹੈ ਪੰਜਾਬ ਦਾ ਜੀ ਜੀ ਕਿਉਂਕਿ ਪੰਜਾਬ ਇਸ ਮ ਕਹ ਲਓ ਕਿ ਹਾਈ ਰਿਸਕ ਤੇ ਆਂਦਾ ਹੈ ਤੇ ਇਸ ਕਰਕੇ ਬਹੁਤ ਸੰਭਲ ਕੇ ਚੱਲਣਾ ਪੈਂਦਾ ਜਿਹੜਾ ਵੀ ਸਟੂਡੈਂਟ ਕਿਉਂਕਿ ਕਹਿੰਦੇ ਮੈਡਮ ਸਾਡੀ ਜੈਨੂਨ ਮੈਰਿਜ ਹੈ ਵੀ ਇਹਨੇ ਮੈਰਿਜ ਜੈਨੂਨ ਹੈ ਪਰ ਉਹਨਾਂ ਦਾ ਜਿਹੜਾ ਜਿੰਨੇ ਵੀਜ਼ਾ ਦੇਣਾ ਉਹ ਵੀ ਸੋਚ ਸਮਝ ਕੇ ਡਿਸੀਜਨ ਲਏਗਾ ਤੇ ਕੋਸ਼ਿਸ਼ ਪਲੱਸ 2 ਵੱਲੇ ਸਟੂਡੈਂਟ ਦੀ ਏਜ ਬਹੁਤ ਛੋਟੀ ਹੁੰਦੀ ਹੈ ਬਿਲਕੁਲ ਗ੍ਰੈਜੂਏਸ਼ਨ ਕਰਕੇ ਮੈਚੁਰ ਸਟੂਡੈਂਟ ਹੈ ਉਹਨੂੰ ਵੀਜ਼ਾ ਦੇਣ ਦਾ ਤੁਕ ਵੀ ਬੰਦਾ ਕਿਉਂਕਿ ਨੈਚੁਰਲ ਹੈ ਕਿ ਇੱਕ ਜਿਹੜਾ ਮੇਨ ਐਪਲੀਕੈਂਟ ਜਾ ਰਿਹਾ ਉਹਦੇ ਨਾਲ ਜਿਹੜਾ ਡਿਪੈਂਡੈਂਟ ਹੈ ਉਹ ਐਟ ਲੀਸਟ ਹਨ ਇਮੋਸ਼ਨਲੀ ਉਹਨੂੰ ਸਪੋਰਟ ਕਰ अच्छा उनू काम करना भी अलाउड होता है फाइनेंशियली भी सपोर्ट कर सकता है ये काफी सारे रीजन होते हैं वीजा देने ਦੇ ਵਿੱਚ जी 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 बिल्कुल ਤੇ बिल्कुल इथे मैं जरूर जानना चाहूंगी किते किते कि यूएसए ਤੇ यूके ਦੇ ਲਈ ਕਿਉਂਕਿ ਕੈਨੇਡਾ ਨੂੰ ਲੈ ਕੇ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਹੁੰਦਾ ਕਿ ਅਗਰ ਕਰੀਏ ਤਾਂ ਐਸਡੀਐਸ ਕਰੀਏ ਕੀ ਨੋਨ ਐਸਡੀਐਸ ਵਿੱਚ ਕਰਨ ਨਾਲ ਐਸਡੀਐਸ ਵਾਲੇ ਕੁਝ ਫਾਇਦੇਆਂ ਦਾ ਜਾਂ ਸਟੂਡੈਂਟਸ ਨੂੰ ਮਿਲਣ ਵਾਲੀ ਓਪਰਚ्युनिटीज ਵਿੱਚ ਕੋਈ ਫਰਕ ਰਹਿ ਜਾਂਦਾ ਦੇਖੋ ਜਿਹੜਾ ਪਿੱਛੇ ਦੇਖਣ ਚਾਹਿਆ ਪੀਟੀ ਦੇ ਵੀਜ਼ਾ ਵੀ ਉਹਨਾਂ ਨੇ ਨਹੀਂ ਦਿੱਤੇ ਆ ਡਿਉਲਿੰਗੋ ਦੇ ਵੀ ਉਹਨਾਂ ਹੀ ਦਿੱਤੇ ਹਾਂ ਇਸ ਟਾਈਮ ਜਿਹੜਾ ਪੀਟੀ ਦਾ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਰਿਹਾ ਹੈ ਰੀਜ਼ਨ ਬੀਇੰਗ ਕਿ ਵੀਜ਼ਾ ਅਫੀਸਰ ਨੂੰ ਅਸੀਂ ਜਿਹੜਾ ਪੀਟੀ ਦਾ ਯੂਜ਼ਰ ਨੇਮ ਪਾਸਵਰਡ ਆ ਉਹ ਮੇਲ ਕਰ ਦੇਈਦਾ ਹੂੰ 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 ਉਸ ਮੇ ਉਸ ਤੋਂ ਆਪਣੇ ਆਪ ਉਹ ਜਦ ਆਨਲਾਈਨ ਕਾਢ ਲੈਂਦੇ ਆ ਉਹਨਾਂ ਨੂੰ ਪਤਾ ਚੱਲਦਾ ਬੱਚਾ ਜੈਨੂਇਨ ਹੈ ਤੇ ਉਹ ਚਾਹੇ ਪੀਟੀ ਕਰੇ ਚਾਹੇ ਹਾਈਲਸ ਕਰੇ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਉਹ ਇਕੁਅਲੀ ਮਤਲਬ ਮੇਰੇ ਖਿਆਲ ਕੋਈ ਪ੍ਰੋਬਲਮ ਨਹੀਂ ਉਸ ਦੀ ਜੀ ਅਗਲੇ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮੈਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ ਮੈਂ ਰਿਤੂ ਗੱਲ ਕਰ ਰਹੀ ਹਾਂ ਜਲਦੀ ਜਰੋ ਹਾਂਜੀ ਰਿਤੂ ਜੀ ਕੀ ਸਵਾਲ ਹੈ ਮੇਰੇ 7 ਬੈਂਡ ਹੈਗੇ ਆ ਓਵਰ ਆਲ ਅੱਛਾ ਜੀ ਨਾਟ ਲੈਸ ਦਨ 6 ਅੱਛਾ ਜੀ ਐਮ ਬੀ ਏ ਕੀਤੀ ਹੋਈ ਹੈ ਐਚ ਆਰ ਅੱਛਾ ਜੀ ਕੈਨੇਡਾ ਜਾਣਾ ਸੀ ਓਕੇ ਜੀ ਮੈਮ ਮੇਰੇ ਖਿਆਲ ਐਮ ਬੀ ਏ ਦੀ ਹੀ ਇਨਕੁਆਇਰੀ ਹੈ ਜਿਆਦਾ ਜੀ ਐਂਡ ਐਚ ਆਰ ਚ ਕੀਤੀ ਹੋਈ ਹੈ ਜੀ ਤੇ ਨੇਚਰਲ ਹੈ ਕਿ ਐਚ ਆਰ ਚ ਕੀਤੀ ਹੈ ਤੇ ਫਾਈਨਾਂਸ ਚ ਲੈ ਲੈਣ ਹੂੰ ਜਾਂ ਅਕਾਊਂਟੈਂਸੀ ਵਿੱਚ ਕੁਝ ਚੇਂਜ ਕਰਕੇ ਲੈਣਗੇ ਪਾਂਹੀ ਵੀਜ਼ੇ ਦੇ ਜਿਹੜੇ ਚਾਂਸਸ ਐ ਸੇਮ ਉਹਦੇ ਵਿੱਚ ਜਾਣਗੇ ਤੇ ਵੀਜ਼ਾ ਚਾਂਸ ਐ ਹਾਂ ਉਹ ਹੀ ਜਿਹੜਾ ਪਿੱਛੇ ਕੁਐਸਚਨ ਕਿ ਮੈਂ ਆਨਸਰ ਦੱਸਿਆ ਸੀਗਾ ਕਿ ਲੈਟਰ ਆਫ ਇੰਟੈਂਸ਼ਨ ਜਾਂ ਐਸਓਪੀ ਬਹੁਤ ਸਟਰੋਂਗ ਲਿਖਣੀ ਐ ਜੀ ਫਿਰ ਜਾ ਕੇ ਤੁਹਾਨੂੰ ਵੀਜ਼ਾ ਗ੍ਰਾਂਟ ਹੋਏਗਾ ਨੈਚੁਰਲ ਐ ਕਿ ਇਹਨਾਂ ਦਾ ਆਇਲਸ ਠੀਕ ਐ ਹਮ ਐਂਡ ਫਿਰ ਪਰਸੈਂਟੇਜ ਦੇਖਣੀ ਪਏਗੀ ਗੈਪ ਕਿੰਨਾ ਐ ਜਾਂ ਜੌਬ ਕਰ ਰਹੇ ਐ ਅਕਾਊਂਟ ਜਿੱਸੇ ਸੈਲਰੀ ਆ ਰਹੀ ਐ ਇਹ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਜੀ 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 ਮੈਮ ਅਗਲੇ ਕਾਲਰ ਲਾਈਨ ਤੇ ਨੇ ਹੈਲੋ ਯਾ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਦਵਿੰਦਰ ਗਾਨ ਕਰ ਰਿਹਾ ਹਾਂ ਸਤਿ ਸ੍ਰੀ ਅਕਾਲ ਲੁਧਿਆਣੇ ਤੋਂ ਹਾਂਜੀ ਦਵਿੰਦਰ ਜੀ ਕੀ ਸਵਾਲ ਹੈ ਸਰ ਮੈਸਰੀ ਮੈਂ ਨਾ ਆਪਣੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੀਐਸਸੀ ਕੀਤੀ ਸੀ 2013 ਓਕੇ ਆਫਟਰ ਦੈਟ ਮੇਰਾ ਐਕਸਪੀਰੀਅੰਸ ਹੈ ਜਿਹੜੀ ਐਜ਼ ਅ ਲਾਈਕ ਮੈਂ ਬੀਪੀਓ ਸੈਂਟਰ ਤੇ ਸੀਗਾ ਓਕੇ ਠੀਕ ਹੈ ਹਾਂਜੀ ਤੇ ਮੈਂ ਮੈਸਰੀ ਆਇਲਸ ਨੂੰ ਮੈਂ ਕੀਤੀ ਹੋਈ ਜੀ ਤੇ ਆਇਲਸ ਵਾਲੀ ਮੈਂ ਪਤਾ ਕਰਣੀ ਕਿ ਗੈਪ ਅਕਸੈਪਟਡ ਹੋਏਗਾ ਮੇਰਾ ਕੈਨੇਡਾ ਲਈ ਜੀ ਮੈਮ ਦੇਖੋ ਸਭ ਤੋਂ ਪਹਿਲੀ ਗੱਲ ਤੇ ਆਇਲਸ ਇਹਨਾਂ ਨੂੰ ਕਰਨੀ ਪਏਗੀ 6.5 नॉट लेस देन 6 ओके ਔਰ ਉਸ ਦੇ ਬਾਅਦ ਜਿੰਨੀ ਅੱਛੀ ਕਿਉਂਕਿ ਜਿੰਨਾ ਗੈਪ ਹੈ ਬੀਪੀਓ ਸੈਕਟਰ ਚ ਜੌਬ ਕਿਤੇ ਹੋਈ ਐ ਅੱਛਾ ਪ੍ਰੋਫਾਈਲ ਲੱਗਦਾ ਹੈ ਜੀ ਤੇ ਨੇਚੁਰਲ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ ਅੱਛੀ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਚ ਇਹਨਾਂ ਦਾ ਕਰਾਈਏ ਜੀ ਸਟੇਟ ਯੂਨੀਵਰਸਿਟੀਆਂ ਦੇ ਵਿੱਚ ਜੇ ਆਇਲਸ ਦਾ ਸਕੋਰ ਹੋਰ ਅੱਛਾ ਹੋਏ ਤੇ ਫਿਰ ਇਹ ਗੈਪ ਨੂੰ ਕਨਸੀਡ ਗੈਪ ਮੀਨਸ ਜੇ ਜੌਬ ਕਰ ਰਹੇ ਹੈ ਜੀ ਫਿਰ ਗੈਪ ਨਹੀਂ ਕਾਊਂਟ ਹੁੰਦਾ ਜੇ ਇਹਨਾਂ ਦੇ ਪ੍ਰੋਪਰ ਸਾਰੇ ਪ੍ਰੂਫ ਹੈ ਜੌਬ ਦੇ ਜਿਵੇਂ ਕਿ ਕਲਪ ਕਰਦੇ ਰਹੇ ਨੇ ਬੀਪੀਓ ਸੈਂਟਰ ਚ ਫਿਰ ਇਹਨਾਂ ਦਾ ਕੋਈ ਗੈਪ ਐਡਾ ਕਾਊਂਟ ਨਹੀਂ ਹੁੰਦਾ ਤੇ ਇਹ ਅਪਲਾਈ ਕਰ ਸਕਦੇ ਪਰ ਫਸਟ ਇਹਨਾਂ ਨੇ ਆਇਲਸ ਨਹੀਂ ਕੀਤਾ ਇਹਨਾਂ ਨੂੰ ਆਇਲਸ ਕਰਨਾ ਪਏਗਾ ਆਇਲਸ ਕਰਕੇ ਇਨ ਦਾ ਮੇਨ ਟਾਈਮ ਅਸੀਂ ਇਹਨਾਂ ਦੇ ਡਾਕੂਮੈਂਟਸ ਦੇਖ ਸਕਦੇ ਇਹਨਾਂ ਨੂੰ ਦੱਸ ਸਕਦੇ ਆ ਜੀਆਈਸੀ ਦਾ ਕਿੰਨਾ ਅਮਾਊਂਟ ਹੈ ਜਾਂ ਫਿਰ ਫੀਸ ਕਿੰਨੀ ਕ ਅਪ੍ਰੋਕਸੀਮੇਟਲੀ ਹੋਏਗੀ ਉਸ ਦਾ ਅਰੇਂਜਮੈਂਟ ਕਰ ਲੈਣ ਔਰ ਆਇਲਸ ਕਰ ਲੈਣ ਜੀ ਮੈਮ ਜਿਵੇਂ ਕਿ ਤੁਹਾਡੀ ਕੰਪਨੀ ਨੂੰ 25 ਸਾਲ ਹੋ ਚੁੱਕੇ ਨੇ ਹਨਾ ਤੁਸੀਂ ਬਹੁਤ ਚੀਜ਼ਾਂ ਬਦਲਦੀਆਂ ਵੇਖੀਆਂ ਇਮੀਗ੍ਰੇਸ਼ਨ ਬਿਜ਼ਨਸ ਦੇ ਵਿੱਚ ਤਾਂ ਮੈਂ ਇਥੇ ਜ਼ਰੂਰ ਜਾਣਾ ਚਾਹੂੰਗੀ ਲਾਈ ਦੇਖ ਰਿਹਾ ਕਿ ਨਵੀਂ-ਨਵੀਂ ਬਹੁਤ ਸਾਰੀ ਕੰਪਨੀਆਂ ਖੁੱਲ ਰਹੀਆਂ ਜੋ ਕਿ ਜ਼ਿਆਦਾਤਰ ਇਹ ਨਹੀਂ ਦੇਖਦੇ ਕਿ ਸਟੂਡੈਂਟਸ ਦਾ ਬੈਨੀਫਿਟ ਕੀ ਕੀਤਾ ਬਸ ਹਰ ਇੱਕ ਫਾਈਲ ਨੂੰ ਹਾਂ ਕਰ ਦਿੰਦੇ ਨੇ ਇਸ ਸਵਾਲ ਦਾ ਜਵਾਬ ਲਾਂਗੇ ਪਰ ਇੱਕ ਕਾਲਰ ਲਾਈਨ ਤੇ ਨੇ ਹੈਲੋ ਹੈਲੋ ਯਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਸ਼ਿਵ ਸ਼ਿਵੰਗਲ ਕਰ ਰਿਹਾ ਸੀ ਸ਼ਿਮਲਾ ਤੋਂ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਂ ਉਹ ਐਕਚੁਅਲੀ ਮੈਂ ਨਾ ਸਵਾਲ ਇਹ ਸੀਗਾ ਕਿ ਮੇਰੇ 6 ਨੋ ਲੈਦਰ 5 ਮੋਡਿਊਲ ਆਇਆ ਇੱਕ ਨਹੀਂ ਇੱਕ ਮੋਡਿਊਲ ਅੱਛਾ ਜੀ ठीक है तो मेरी एक्चुअली रिसेंटली मैं पासपोर्ट में प्लस 2 कीटी हुई जाए अच्छा जी 68% जी हां जी तो मैम मिस्टर कनाडा के रिगार्डिंग में पता करना था okay. देखो एक च पांच बैंड है तो फाइव बैंड नाल कोई भी कंसलटेंट ਤੁਹਾਨੂੰ ਨਹੀਂ मोटिवेट करेगा अप्लाई ਕਰਨ ਵਾਸਤੇ हम्म सब तो पहले अपनी स्किल्स इंप्रूव ਕਰਨ hmm. एक च 5.5 होन ਚੱਲੇਗਾ ਬਟ 1 ਚ 5 ਹੈ ਤੇ ਉਹ ਬਿਲਕੁਲ ਨਾ ਅਪਲਾਈ ਕਰਨ ਕਿਉਂਕਿ ਜੇ 1 ਚ 5.5 ਵੀ ਹੈ ਤੇ ਅਸੀਂ ਕਹਿੰਦੇ ਆ ਜੇ ਪਰਸੈਂਟੇਜ ਅੱਛੀ ਹੈ ਆਇਲ ਸਕੋਰ ਓਵਰਆਲ ਅੱਛਾ ਹੈ 1 ਚ 5.5 ਬੈਂਡ ਹੈ ਵੀਜ਼ਾ ਨਿਕਲ ਜਾਏਗਾ ਓਕੇ ਪਰ ਜੇ ਤੁਹਾਡਾ ਟੈਕ 5.5 ਹੈ ਔਰ ਤੁਹਾਡੀ ਪਰਸੈਂਟੇਜ ਵੀ ਜਿੱਦਾਂ ਕਹਿ ਲਓ 50 51 2 ਹੈ ਤੇ ਉਹ ਵੀ ਲੋਅਰ ਸਾਈਡ ਹੋ ਗਈ ਗੈਪ ਵੀ ਹੋ ਗਿਆ ਤੇ ਇਹ ਗ੍ਰੇ ਏਰੀਆ ਜ਼ਿਆਦਾ ਹੋ ਗਿਆ ਜੀ 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 ਤੇ ਉਹ ਗ੍ਰੇ ਏਰੀਆਜ਼ ਨੂੰ ਅਸੀਂ ਅਵੋਇਡ ਕਰਦੇ ਹਾਂ ਬਟ ਇਹਨਾਂ ਦਾ ਤੇ ਪੰਜ ਬੈਂਡ ਹੈ ਤੇ ਇਹਨੂੰ ਬਿਲਕੁਲ ਹੀ ਅਸੀਂ ਇਸ ਪ੍ਰੋਫਾਈਲ ਨੂੰ ਐਕਸੈਪਟ ਨਹੀਂ ਕਰਾਂਗੇ ਅੱਛਾ ਜੀ ਠੀਕ ਹੈ ਜੀ ਮਤਲਬ ਹਰੇਕ ਪ੍ਰੋਫਾਈਲ ਨੂੰ ਦੇਖਣਾ ਬਹੁਤ ਦੇਖੋ ਇੰਡੀਵਿਜੂਅਲ ਪ੍ਰੋਫਾਈਲ ਹੈ ਇਸ ਕਰਕੇ ਕੋਈ ਹਾਰਡ ਫਾਸਟ ਰੂਲ ਨਹੀਂ ਕਿ ਸਾਰਿਆਂ ਨੂੰ ਇੱਕੋ ਹੀ ਕਾਉਂਸਲਿੰਗ ਹੋਵੇ ਹਾਂ ਜੀ ਹਾਂ ਜੀ ਮੇਰੇ ਚਾਰ ਬੱਚੇ ਬੈਠੇ ਤੇ ਚਾਹ ਨਾਲ ਸਾਡਾ ਗਾ ਡਿਫਰੈਂਟ ਕਾਉਂਸਲਿੰਗ ਹੋਏਗੀ ਬਿਕੋਜ਼ ਅਕੋਰਡਿੰਗ ਟੂ ਜਿਹੜਾ ਉਹਨਾਂ ਦਾ ਅਕੈਡੈਮਿਕਸ ਕਿਹਦਾ ਕੀ ਹੈ ਉਹਨਾਂ ਦਾ ਆਇਲ ਸਕੋਰ ਕੀ ਹੈ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਪੇਰੈਂਟਸ ਕੀ ਚਾਹੁੰਦੇ ਬੱਚਾ ਕੀ ਚਾਹੁੰਦਾ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਕਿ ਜਿਹੜੇ ਅਸੀਂ ਬਦਲਤੇ ਹਾਲਾਤ ਦੇਖਿਆ ਜਿਹੜੇ ਸਾਡੇ ਟਾਈਮ ਪੁਰਾਣੀ ਜਿਹੜੀ ਚੀਜ਼ਾਂ ਹੁੰਦੀਆਂ ਸੀ ਕਾਉਂਸਲਿੰਗ ਮੀਨਸ ਅ ਕੈਰੀਅਰ ਕਾਉਂਸਲਿੰਗ ਸਟੂਡੈਂਟ ਦਾ ਜਿਹੜਾ ਪੈਸਾ ਇਨਵੈਸਟ ਹੋ ਰਿਹਾ ਉਹਦਾ ਇੱਕ ਇੱਕ ਪੈਸਾ ਉਹਨੂੰ ਮਿਲਣਾ ਚਾਹੀਦਾ ਮੀਨਸ ਜਿਹੜੀ ਜਗ੍ਹਾ ਉਹ ਲਗਾ ਰਿਹਾ ਉਹਦੇ ਬਾਅਦ ਰਿਟਰਨ ਔਨ ਇਨਵੈਸਟਮੈਂਟ ਕੀ ਆ ਅਜੇ ਬਿਜ਼ਨਸ ਬਣ ਚੁੱਕਿਆ ਤੇ ਇਹ ਸਟੂਡੈਂਟਸ ਦੇ ਉੱਪਰ ਹੈ ਕਿ ਉਹ ਬਿਜ਼ਨਸ 'ਚ ਫਸਣਾ ਚਾਹੁੰਦੇ ਆ ਜਾਂ ਆਪਣੇ ਕੈਰੀਅਰ ਕਾਉਂਸਲਿੰਗ ਲੈ ਕੇ ਆਪਣੇ ਕੈਰੀਅਰ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਦੋ ਕਿਸਮ ਦੇ ਸਟੂਡੈਂਟ ਆ ਇਹ ਕਹਿੰਦੇ ਅਸੀਂ ਖਾਲੀ ਪਹੁੰਚਣਾ ਚਾਏ ਜਿੱਦਾਂ ਮਰਜ਼ੀ ਕਰੋ ਜੀ ਜੀ ਇਹ ਕਹਿੰਦਾ ਸੀ ਪੜਨ ਜਾਣਾ ਤੇ ਇਹ ਦੋ ਕਿਸਮ ਦੀ ਅਲੱਗ ਮਾਰਕੀਟ ਹੈ ਸਟੂਡੈਂਟ ਦੇ ਉੱਪਰ ਡਿਪੈਂਡ ਕਰਦਾ ਵਾਟ ਹੀ ਵਾਂਟ ਐਗਜ਼ੈਕਟਲੀ ਜੀ ਮੈਮ ਬਹੁਤ ਵਧੀਆ ਗੱਲ ਤੁਸੀਂ ਗੱਲ ਕੀਤੀ ਹੈ ਕਿ bizness ਹੈ ਕਿ ਕੈਰੀਅਰ ਕਾਉਂਸਲਿੰਗ ਮਤਲਬ ਇਹੇ ਚੀਜ਼ਾਂ ਸਮਝਣ ਦੀ ਲੋੜ ਹੈ ਅੱਜ ਕੱਲ ਉਹਨਾਂ ਨੂੰ ਵੀ ਜੋ ਬਹੁਤ ਘੱਟ ਸਮੇਂ ਦੇ ਵਿੱਚ ਚਾਹੁੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਸਟੂਡੈਂਟ ਦੀ ਫਾਈਲ ਲਗਾਉਂਦੇ ਜਾਈਏ ਫਿਰ ਵੀਜ਼ਾਸ ਸਟੂਡੈਂਟਸ ਨੂੰ ਮਿਲਣ ਨਾ ਮਿਲਣ ਇਹ ਉਹਨਾਂ ਦਾ ਕਈ ਵਾਰੀ ਕੰਸਰਨ ਨਹੀਂ ਹੁੰਦਾ ਸੋ ਅਸੀਂ ਇਸ ਸ਼ੋਅ ਦੇ ਜ਼ਰੀਏ ਅਲੱਗ-ਅਲੱਗ ਵੀਜ਼ਾ ਐਕਸਪਰਟਸ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ ਕਈ ਸਟੂਡੈਂਟਸ ਨੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਨੇ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਮੈਂ ਪਹਿਲਾਂ ਮੈਮ ਤੁਹਾਡਾ ਸੀ ਥੈਂਕਸ ਕਰਦੇ ਆ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਜਾਏ ਔਰ ਬਹੁਤ ساری ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਦਾ ਸੰਸਾ Thank you so much ji ਤੁਸੀਂ ਮੈਨੂੰ ਇੱਥੇ ਉਪਰਾਲੇ 'ਚ ਮੌਕਾ ਦਿੱਤਾ ਆਣ ਦਾ thank you ji 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 ਤੇ ਇਸ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਤੇ ਇਜਾਜ਼ਤ ਧੰਨਵਾਦ